ਦਸ਼ਕਾ ਪ੍ਰੀਖਿਆ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹਾਂ ਸਾਡੇ ਦਸ਼ਕਾਂ ਦਸੂਆ ਡੀਡੀ 63 ਐਂਡ ਵਰਲਡ ਹਿਸਟਰੀ ਵਿੱਚ ਕੀ ਹੈ ਸਿੱਖ ਇਤਿਹਾਸ ਦੇ ਹਵਾਲੇ ਨਾਲ ਇੱਕੋ ਹੀ ਘਟਨਾ ਮੈਂ ਜਿਹੜੀ ਹੈ ਜ਼ੀਰੋ ਡਾਊਨ ਕਰ ਸਕਿਆ ਕਿ 1965 ਚ ਅੱਜ ਦੇ ਦਿਨ ਪੰਜਾਬੀ ਸੂਬੇ ਵਾਸਤੇ ਜਿਹੜੀ ਹੈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਇੰਦਰਾ ਗਾਂਧੀ ਮਹਾਵੀਰ ਜਿਦਾ ਹੁਣੇ ਜ਼ਿਕਰ ਕੀਤਾ ਹੈ ਔਰ ਵਾਈਬੀ ਚਵਾਨ ਪਰੇ ਬੜਾ ਕਿਉਂਕਿ ਕੱਲ ਹੀ ਅਸੀਂ ਜ਼ਿਕਰ ਕੀਤਾ ਸੀ ਕਿ 22 ਸਤੰਬਰ ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਜੋਤ ਜੋਤ ਸਮਾਉਣ ਦਾ ਦਿਨ ਸੀ ਜੀ ਪਰ ਇਹ ਹਿਸਟੋਰਿਕਲੀ 1965 ਦੀ ਜਿਹੜੀ ਜੰਗ ਹੈ ਭਾਰਤ ਪਾਕਿਸਤਾਨ ਦੀ ਉਸ ਦਾ ਵੀ ਆਖਰੀ ਦਿਨ ਸੀ ਔਰ ਖਤਮ ਹੋਈ ਜਦੋਂ ਪਾਕਿਸਤਾਨ ਨਾਲ ਲੜਾਈ ਤੋਂ ਪਹਿਲਾਂ ਜਿਹੜਾ ਸੰਤ ਫਤਿਹ ਸਿੰਘ ਉਸ ਵੇਲੇ ਆਕਾਦੀ ਦਲ ਨੂੰ ਲੀਡ ਕਰਦਾ ਸੀ ਉਹਨੇ ਮਰਨ ਵਰਤਾ ਐਲਾਨ ਕੀਤਾ ਸੀ ਪੰਜਾਬੀ ਸੂਬੇ ਦੇ ਲਈ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਹੁੰਦਾ ਸੀ ਸੋ ਉਹਨੇ ਲਾਲ ਬਹਾਦਰ ਸ਼ਾਸਤਰੀ ਨੇ ਅਪੀਲ ਕੀਤੀ ਦੂਸਰਿਆਂ ਨੇ ਕੀਤੀ ਕਿ ਜੀ ਇਹ ਤੁਸੀਂ ਵਰਤ ਜਿਹੜਾ ਹੈ ਉਹ ਛੱਡ ਦਿਓ ਤੇ ਅਸੀਂ ਦੇਖਾਂਗੇ ਬਾਅਦ ਦੇ ਵਿੱਚ ਸੋ ਇਸ ਗੱਲ ਦਾ ਅਸੀਂ ਕ੍ਰੈਡਿਟ ਦਿੰਨੇ ਆ ਬੇਸ਼ੱਕ ਲਾਲ ਬਹਾਦਰ ਸ਼ਾਸਤਰੀ ਨੂੰ ਬਹੁਤੀ دیر ਜੀਣ ਨਹੀਂ ਦਿੱਤਾ ਇਸ ਨਹਿਰੂ ਟੱਬਰ ਨੇ ਜੀ ਉਸ ਦੀ ਮੌਤ ਤਾਸ਼ਕੰਦ ਸਮਝੌਤੇ ਤੋਂ ਬਾਅਦ ਅਗਲੇ ਦਿਨ ਤਾਸ਼ਕੰਦ ਦੇ ਵਿੱਚ ਹੀ ਹੋਈ ਜਿਹੜਾ ਉਦੋਂ ਸੋਵੀਅਤ ਯੂਨੀਅਨ ਚ ਸੀ ਅੱਜ ਸ਼ਾਇਦ ਉਜ਼ਬੇਕਿਸਤਾਨ ਹੈ ਪਰ ਉਹ ਸਾਜ਼ਿਸ਼ੀ ਮੌਤ ਸੀ ਔਰ 22 ਸਤੰਬਰ ਨੂੰ ਇਹ ਖਤਮ ਹੋਇਆ ਪਰ ਪਾਕਿਸਤਾਨ ਜੰਗ 23 ਸਤੰਬਰ ਨੂੰ ਲਾਲ ਬਹਾਦਰ ਸ਼ਾਸਤਰੀ ਨੇ ਇਹ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਇੰਦਰਾ ਗਾਂਧੀ ਮਹਾਵੀਰ ਔਰ ਛਵਾਨ ਦੀ ਪ੍ਰੈਜ਼ੈਂਸ ਜਿਹੜੀ ਹੈ ਮੈਂਬਰੀ ਵਾਲੀ ਬਣਾਈ ਔਰ ਇਹਦੇ ਨਾਲ 22 ਮੈਂਬਰ ਜਿਹੜੇ ਨੇ ਪਾਰਲੀਮੈਂਟ ਮੈਂਬਰਾਂ ਦੀ ਸਲਾਹਕਾਰ ਕਮੇਟੀ ਬਣਾਈ ਜਿਹਦਾ ਚੇਅਰਮੈਨ ਹੁਕਮ ਸਿੰਘ ਨੂੰ ਬਣਾਇਆ ਗਿਆ ਹੁਕਮ ਸਿੰਘ ਉਹ ਸਪੀਕਰ ਸੀ ਹਾਲਾਂਕਿ ਇੰਦਰਾ ਗਾਂਧੀ ਨੇ ਮਾਈਟ ਟਰੂਥ ਦੇ ਵਿੱਚ ਲਿਖਿਆ ਹੈ ਕਿ ਜਦੋਂ ਮੈਨੂੰ ਪਤਾ ਲੱਗਾ ਫਿਰ ਸ਼ਾਸਤਰੀ ਦੀ ਮੌਤ ਹੋਈ ਬਿਰਿੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਈ ਪੰਜਾਬੀ ਸੂਬਾ ਬਣਿਆ ਤਾਂ ਇੰਦਰਾ ਗਾਂਧੀ ਦੇ ਵੇੜੇ ਉਹਨੇ ਸਭ ਤੋਂ ਫਿਰਕੂ ਗੁਲਜ਼ਾਰੀ لال ਅਨੰਦੇ ਨੂੰ ਹੋਮ ਮਿਨਿਸਟਰ ਬਣਾਇਆ ਉਹਨੇ ਫਿਰ ਕਿਵੇਂ ਪੰਜਾਬ ਬਣਾਉਣ ਦੀ ਥਾਂ ਤੇ ਹਰਿਆਣਾ ਤੇ ਹਿਮਾਚਲ ਬਣਾਏ ਪਾਣੀ ਜਿਹੜਾ ਖੋਇਆ ਰਾਜਧਾਨੀ ਖੋਈ ਪੰਜਾਬੀ ਬੋਲਦੇ ਇਲਾਕੇ ਖੋਏ ਪਰ ਜਿਹੜੀ ਮਾਈ ਟ੍ਰੂਥ ਉਹਦੀ ਜੀਵਨ ਕਥਾ ਹੈ ਇੰਦਰਾ ਗਾਂਧੀ ਦੀ ਉਹਦੇ ਚ ਉਹਨੇ ਲਿਖਿਆ ਵੀ ਮੈਨੂੰ ਪਤਾ ਲੱਗਾ ਵੀ ਹੁਕਮ ਸਿੰਘ ਪੰਜਾਬੀ ਸੂਬਾ ਬਣਾਉਣ ਦੇ ਲਈ ਫੇਵਰੇਬਲ ਰਿਪੋਰਟ ਦੇਣ ਜਾ ਰਹੇ ਨੇ ਜੀ اور ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਤੱਕ ਪਹੁੰਚਾਂ ਪਰ ਉਹਨਾਂ ਤੱਕ ਉਹ ਆਪਣੀ ਰਿਪੋਰਟ ਦੇ ਚੁੱਕੇ ਸੀ ਸੋ ਜੈਂਦਰਾ ਸੰਧੀ ਦਾ ਵਾਸ ਚੱਲਦਾ ਤੇ ਉਸ ਨੇ ਉਹ ਰਿਪੋਰਟ ਵੀ ਰੁਕਵਾ ਦੇਣੀ ਸੀ World History ਦੇ ਹਵਾਲੇ ਨਾਲ 1642 ਦੇ ਵਿੱਚ ਹਾਰਵਰਡ ਕਾਲਜ ਕੈਂਬਰੇਜ ਦੇ ਵਿੱਚ ਜਿਹੜਾ ਅੱਜ ਹਾਰਵਰਡ ਯੂਨੀਵਰਸਿਟੀ ਦੇ ਰੂਪ ਚ वर्ल्ड ਫੇਮਸ ਹੈ ਮੈਸਾਚੂਸੈਟਸ ਇਹ ਹੋਣ ਦੇ ਵਿੱਚ ਆਇਆ 1803 ਦੇ ਵਿੱਚ ਬ੍ਰਿਟਿਸ਼ ਜਨਰਲ ਆਰਥਰ ਵੈਲਜ਼ਲੀ ਨੇ ਮਰਾਠਿਆਂ ਨੂੰ ਚੰਗੀ ਤਰ੍ਹਾਂ ਘੁੱਟਿਆ। ਇਹ ਹੀ ਵੈਲਜ਼ਲੀ ਹੈ ਜਿਨੇ ਨੈਪੋਲੀਅਨ ਬੋਨਾਪਾਰਟ ਨੂੰ ਹਰਾਇਆ ਸੀ। ਔਰ ਮਰਾਠਿਆਂ ਦਾ ਜਿਹੜਾ ਰਾਈਸ ਸੀ ਉਹ ਕਾਫੀ ਸਾਊਥ ਦੇ ਵਿੱਚ ਮਰਾਠਿਆਂ ਨੂੰ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਕਨਵਿੰਸਿੰਗਲੀ ਡੀਫੀਟ ਕੀਤਾ ਔਰ ਫਿਰ ਜਿਹੜਾ ਥੋੜਾ ਬਹੁਤ ਹੌਲਕਰ ਔਰ ਦੂਜੇ ਤੀਜੇ ਸੀ ਉਹ ਹੌਲੀ-ਹੌਲੀ ਉਹਨਾਂ ਨੇ ਸਬਡੂ ਕਰ ਦਿੱਤੇ। ਜੀ। 1913 ਦੇ ਵਿੱਚ ਸਰਬੀਆ ਜਿਹੜਾ ਬਾਅਦ ਯੂਗੋਸਲਾਵੀਆ ਦਾ ਹਿੱਸਾ ਬਣਿਆ ਹੁਣ ਫਿਰ ਅਲੱਗ ਮੁਲਕ ਆਏ ਹਮੇਸ਼ਾ ਹੀ ਆਸ-ਪਾਸੇ ਜਾ ਕੇ ਕਬਜ਼ੇ ਕਰਨ ਦੀ ਯਕੀਨ ਰੱਖਦਾ ਹੈ ਉਹਨਾਂ ਨੇ ਅਲਬਾਨੀਆ ਦੇ ਵਿੱਚ ਜਾ ਕੇ ਕਬਜ਼ਾ ਕਰ ਲਿਆ ਅਲਬਾਨੀਆ 1913 ਚ 1938 ਦੇ ਵਿੱਚ ਬ੍ਰਿਟਿਸ਼ ਪ੍ਰੀਮੀਅਰ ਚੈਮਰਲੇਨ ਜਿਹੜਾ ਉਹ ਮਿਊਨਿਕ ਜਰਮਨ ਚ ਗਿਆ ਔਰ ਜਿਹੜੇ ਕੁਝ ਬਹੁਤ ਫੇਲਡ ਪ੍ਰਾਈਮ ਮਿਨਿਸਟਰ ਇੰਗਲੈਂਡ ਦੇ ਹੋਏ ਨੇ ਉਹਨਾਂ ਦੇ ਵਿੱਚ ਚੈਮਰਲੇਨ ਵੀ ਸੀ ਜਿਨੇ ਹਿਟਲਰ ਦੇ ਉੱਤੇ ਯਕੀਨ ਕਰਕੇ ਦਸ ਕਰ ਕਰ ਦਿੱਤੇ ਔਰ ਬਾਅਦ ਦੇ ਵਿੱਚ ਖਤਾ ਖਦ 1939 ਦੇ ਵਿੱਚ ਸਿਗਮੈਂਟ ਫਰੌਇਡ ਜਿਹੜਾ ਇੱਕ ਸਾਈਕੋਲੋਜੀ ਦੀ ਦੁਨੀਆ 'ਚ ਨੇ ਨਵੀਆਂ ਪੈੜਾਂ ਛੱਡੀਆਂ ਭਾਵੇਂ मोस्ट ਹਿਟਿਡ ਸੀ ਕਿਉਂਕਿ ਉਹਦੀਆਂ ਗੱਲਾਂ ਬਹੁਤੇ ਮੰਨਦੇ ਨਹੀਂ ਸੀ ਪਰ ਅੱਜ ਜਿਸ ਆਧਾਰ ਦੇ ਉੱਤੇ ਅਸੀਂ 70 80 ਸਾਲ 'ਚ ਮਨੋਵਿਗਿਆਨ ਪਹੁੰਚਿਆ ਅੱਜ ਉਹ ਇੱਕ ਰਿਸਪੈਕਟੇਬਲ ਨੇਮ ਹੈ ਜੀ 1993 ਦੇ ਵਿੱਚ ਸਾਊਥ ਅਫਰੀਕਾ ਦੇ ਗੋਰਿਆਂ ਨੇ ਵੋਟਾਂ ਪਾਈਆਂ ਕੇ ਕਾਲਿਆਂ ਨੂੰ ਵੀ ਜਿਹੜਾ ਪਾਵਰ ਦੇ ਵਿੱਚ ਹੋਰ ਉਹਨਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਸੋ ਇਹ ਵਰਲਡ ਹਿਸਟਰੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡਾ ਅੱਜ ਦਾ ਸਵਾਲ ਹੈ ਪਰਦੇ ਨੈਸ਼ਨਲ ਬੁੱਕ ٹرسٹ ਨੇ ਸੋਸ਼ਲ ਐਕਟੀਵਿਸਟ ਮੇਧਾ ਆ ਪਾਟਿਕਰ ਦੇ ਜੀਵਨ ਸੰਬੰਧੀ ਚੈਪਟਰ ਨੂੰ ਸਕੂਲੀ ਬੱਚਿਆਂ ਲਈ ਲਾਗੂ ਟੈਸਟ ਬੁੱਕ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਹੈ ਕੀ ਹੈ ਡਾਕਟਰ ਸਾਹਿਬ ਸਾਰਾ ਮਾਮਲਾ ਦੇਖੋ ਅੱਛੇ ਦਿਨ ਆ ਗਏ ਤੇ ਹੁਣ ਜਿਹੜੇ ਜਿਹੜੇ ਵੀ ਕੰਮ ਇਹਨਾਂ ਨੇ ਆਰਐਸਐਸ ਨੇ 100 ਹਿਸਟੋਰੀਅਨ ਆਪਣਾ ਰੱਖਿਆ ਹੈ ਨਵੀਂ ਹਿਸਟਰੀ ਲਿਖਾਉਣ ਦੇ ਲਈ ਔਰ ਜਿਹੜੀ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਹੈ ਜਿਹਦੇ ਥੱਲੇ ਸਿਲੇਬਸ ਔਰ ਯੂਨੀਵਰਸਟੀਆਂ ਆਉਂਦੀਆਂ ਨੇ ਇਹ ਨਰਿੰਦਰ ਮੋਦੀ ਨੇ ਆਪਣੀ ਦੋਸਤ ਸਮ੍ਰਿਤੀ ਰਾਨੀ ਨੂੰ ਦਿੱਤਾ ਜਿਹੜੀ ਕਾਲਾ ਅੱਖਰ ਭਾਂਸ ਬਰਾਬਰ ਜਿਹਨੂੰ ਕਹਿੰਦੇ ਨੇ ਗਈ ਨਹੀਂ ਹੋਈ ਕਦੇ ਪੜ੍ਹੀ ਨਹੀਂ ਹੈ ਬਿਲਕੁਲ ਹੀ ਲੇਕਿਨ ਉਹਨੂੰ ਪੜ੍ਹਨ ਦੀ ਜਾਂ ਲਿਖਣ ਦੀ ਲੋੜ ਨਹੀਂ ਹੈਗੀ ਉਹ ਤਾਂ ਆਰਐਸਐਸ ਵਾਲੇ ਬਣਾ ਬਣਾਇਆ ਦੇ ਦਿੰਦੇ ਨੇ ਵੀ ਆਹ ਕੰਮ ਕਰੋ ਔਰ ਕੱਢੋ ਮੇਦਾ ਪਾਟੇ ਕਰ ਬਹੁਤ ਵੱਡਾ ਨਾ ਆ ਹੈ ਭਾਰਤ ਦੇ ਵਿੱਚ ਉਹ ਇੱਕ ਕੱਲੀ ਸੋਸ਼ਲ ਐਕਟਿਵਿਸਟ ਨਹੀਂ ਉਸਨੇ ਬੜੇ ਕਰੇਜ ਦੇ ਨਾਲ ਨਰਬਦਾ ਦੇ ਉੱਤੇ ਜਦੋਂ ਸਰਦਾਰ ਡੈਮ ਗੁਜਰਾਤ ਸਰਕਾਰ ਨੇ ਬਣਾਉਣ ਤੋਂ ਕਿੰਨੇ ਸਾਲ ਇਹਨੂੰ ਰੁਕਵਾ ਛੱਡਿਆ ਤਾਂ ਕਿ ਜਿਹੜੇ ਲੋਕ ਉਜੜਨੇ ਨੇ এনवायरमेंट ਨੂੰ ਨੁਕਸਾਨ ਹੋਣਾ ਹੈ ਬੜੇ ਬਹੁਤ ਕਰੇਜੀ ਇਸ ਲੇਡੀ ਜਿਵੇਂ ਅਸੀਂ ਅਰੁਣਦਾਤੀ ਰਾਇ ਨੂੰ ਐਡਮਾਇਰ ਕਰਦੇ ਹਾਂ ਅਸੀਂ ਕਹਿੰਦੇ ਮੇਦਾ ਪਾਠ ਕਰਦਾ ਪਹਿਲਾਂ ਬਹੁਤ ਜ਼ਿਕਰ ਨਹੀਂ ਕੀਤਾ ਲੇਕਿਨ ਉਹ ਉਹਨਾਂ ਸਾਰੇ ਅੰਦੋਲਨਾਂ ਨਾਲ ਜੁੜੀ ਹੋਈ ਹੈ ਜਿਹੜੇ ਕਾਮਨ ਬੰਦੇ ਦੇ ਲਈ ਨੇ ਸਰਕਾਰਾਂ ਨਾਲ ਟੱਕਰ ਲੈਣੀ ਹੈ ਗੁਜਰਾਤ ਜਿੰਨੀ ਦੇ ਰਹੇ મોદી ਰਿਹਾ ਮੁੱਖ ਮੰਤਰੀ ਮੇਦਾ ਪਾਟ ਕਰ ਇਹਨੂੰ ਐਕਸਪੋਜ਼ ਹੀ ਕਰਦੀ ਰਹੀ ਕਿ ਵੀ ਇਹ ਕਿਹੜਾ ਡਿਵੈਲਪਮੈਂਟ ਕਿਹੜਾ ਵਿਕਾਸ ਹੈ ਤਾਂ ਆਮ ਲੋਕਾਂ ਨੂੰ ਉਜਾੜ ਰਿਹਾ ਜੀ ਸੋ ਇੱਕ ਇਹਨਾਂ ਦਾ ਨੈਸ਼ਨਲ ਬੁੱਕ ٹرسٹ ਹੈ ਜਿਹੜਾ ਕਿ ਸਕੂਲ ਟੈਕਸਟ ਬੁੱਕਸ ਲਿਖਦਾ ਹੈ ਐਨਸੀਈਆਰਟੀ ਲਈ ਸੋ ਉਹਦੇ ਵਿੱਚ ਇੱਕ ਕਿਤਾਬ ਜਿਹੜੀ ਹੈ ਜਿਹੜੀ ਕਿ ਹੂ ਮੇਡ ਇਟ ਬਿਗ ਇੱਕ ਕਿਤਾਬ ਦਾ ਨਾਮ ਹੈ ਜਿਹਨੂੰ ਥੰਗਾ ਮਾਨੀ ਨੇ ਲਿਖਿਆ ਉਦੇ ਚੁਨਾ ਨੇ 12 ਇਸ ਕਿਸਮ ਦੀਆਂ ਦੁਨੀਆਂ ਚ ਪ੍ਰਸਿੱਧ ਸ਼ਖਸੀਅਤਾਂ ਦੀ ਜ਼ਿੰਦਗੀ ਦਿੱਤੀ ਹੈ ਜਿਨ੍ਹਾਂ ਨੇ ਦੁਨੀਆਂ ਚ ਤਬਦੀਲੀ ਲਿਆਉਣ ਦੇ ਵਿੱਚ ਰੋਲ ਅਦਾ ਕੀਤਾ ਉਹਨਾਂ ਚ ਸਰੋਦ ਦਾ ਮਾਸਟਰ ਅਜ਼ਮਦ ਅਲੀ ਖਾਨ ਅਮਜ਼ਦ ਅਮਜ਼ਦ ਅਲੀ ਖਾਨ ਚੈਸ ਪਲੇਅਰ ਵਿਸ਼ਵਨਾਥਨ ਤੇ ਆਥਰ ਰਸਕਿਨ ਬੌਂਡ ਜਿਹੜੇ ਨੇ ਉਹਨਾਂ ਦੀਆਂ ਵੀ ਜੀਵਨੀਆਂ ਸ਼ਾਮਲ ਨੇ ਔਰ ਉਹਦੇ ਚ ਮਿਹਦਾ ਪਾਟਕਰ ਦਾ ਵੀ ਜਿਹੜਾ ਕਿ ਕਿਵੇਂ ਉਹਨੇ ਬਚਪਨ ਗੁਜ਼ਾਰਿਆ ਔਰ ਕਿਵੇਂ ਉਹਨੇ ਇਸ ਐਕਟਿਵਿਜ਼ਮ ਨੂੰ ਲਿਆ ਔਰ ਕੁਛ ਸਮਾਂ ਪਹਿਲਾਂ ਮედა ਪਟਕਰ ਨੇ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਹੁਣ ਇੱਕ ਬੰਦਾ ਇਹਨਾਂ ਨੇ ਐਨਜੀਓ ਬਣਾਈ ਹੋਈ ਹੈ ਵੀ ਕੇ ਸਖ세ਨਾ ਨਾਮ ਦਾ ਇਹ ਗੁਜਰਾਤ ਗਵਰਨਮੈਂਟ ਦਾ ਮੋਦੀ ਦਾ ਪੱਟ ਬੰਦਾ ਰਿਹਾ ਜੀ ਇਹਦੇ ਤੋਂ ਸ਼ਿਕਾਇਤ ਕਰਵਾ ਦਿੰਦੇ ਨੇ ਸੋ 12 ਸਾਲ ਪਹਿਲਾਂ ਇਹਨੇ ਸ਼ਿਕਾਇਤ ਕੀਤੀ ਸੀ ਜੀ ਮედა ਪਟਕਰ ਇਹ ਹੈ ਤੇ ਉਹ ਹੈ ਤੇ ਇਸ ਸਕੂਲ ਟੈਕਸਟ ਬੁੱਕ ਦੇ ਵਿੱਚ ਜਿਹੜਾ ਇਸ ਦਾ ਚੈਪਟਰ ਨਹੀਂ ਹੋਣਾ ਚਾਹੀਦਾ ਸੋ 12 13 ਸਾਲ ਤੱਕ ਕਿਸੇ ਨੇ ਸੁਣੀ ਨਹੀਂ ਕਿਉਂਕਿ ਗੱਲ ਵੀ ਨਹੀਂ ਉਹ ਤਾਂ ਰੱਖਿਆ ਹੀ ਸ਼ਿਕਾਇਤਾਂ ਕਰਨ ਲਈ ਹੋਇਆ ਪਰ ਹੁਣ ਅੱਛੇ ਦਿਨ ਆ ਗਏ ਮੋਦੀ ਮੋਦੀ ਦੀਆਂ ਸਹੇਲੀਆਂ ਮੋਦੀ ਦੇ ਦੋਸਤ ਜਿਹੜੇ ਨੇ ਉਹ ਹੁਣ ਪਾਵਰ 'ਚ ਨੇ ਤੇ ਬੀਬੀ ਸਮ੍ਰਿਤੀ ਰਾਣੀ ਨੇ ਜਿਹੜਾ ਉਹ ਉਸ ਨੂੰ ਇਹਦਾ ਪਾਠ ਕਰਦਾ ਜਿਹੜਾ ਚੈਪਟਰ ਹੈ ਉਹ ਕਢਵਾ ਦਿੱਤਾ ਹੈ ਉਹ ਨੈਸ਼ਨਲ ਬੁੱਕ ٹرسٹ ਨੂੰ ਪੁੱਛਿਆ ਕਿ ਭਈ ਇਹ ਤੁਸੀਂ ਕੀ ਕੀਤਾ ਨੇ ਜੀ ਅਸੀਂ ਬਹੁਤ ਵਿਚਾਰ ਕੀਤੇ ਆ ਚਾਰ ਮਹੀਨੇ ਹੋ ਰਹੇ ਨਵਾਂ ਇਤਿਹਾਸ ਐਸਟੈਬਲਿਸ਼ਡ ਥਿੰਗਸ ਸੋ ਇਹ ਹੁਣ ਉੱਥੇ ਜਿਵੇਂ ਨਾਜ਼ੀਆਂ ਨੇ ਆਪਣਾ ਹਿਸਟਰੀ ਔਰ ਉਹੀ ਪੜਾਈ ਸੀ ਬਾਕੀ ਸਭ ਡੈਸਟਰੋਏ ਕੀਤਾ ਸੀ ਇਹੀ ਕੰਮ ਇਹਨੇ ਹੁਣ ਕਰਨਾ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਸੁਝਾਜ ਦਾ ਵਿਚਾਰ ਅ ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਦੋ ਸ਼ਲੋਕ ਚੁਣੇ ਨੇ ਜੀ ਪਹਿਲਾ ਸ਼ਲੋਕ 101 ਨੰਬਰ ਹੈ ਫਰੀਦਾ ਹੋਮ ਬਲੇ ਹਾਰੀ ਤੇ ਨਾ ਪੰਖੀਆਂ ਜੰਗਲ ਜਨਹਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਣ ਪਾਸ ਤੇ ਦੂਸਰਾ ਸ਼ਲੋਕ ਹੈ ਫਰੀਦਾ ਰੁੱਤ ਫਿਰੀ ਵਣ ਕੰਬੇ ਪੱਤ ਝੜੇ ਚੜ ਪਾਹੇ ਚਾਰੇ ਕੁੰਡਾਂ ਟੁੰਡੀਆਂ ਰਹਿਣ ਕਿਥਾਂ ਹੋ ਨਾ ਹੀ ਜੀ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਪੰਛੀਆਂ ਦਾ ਅਰੰਕਾਰ ਯੂਜ਼ ਕੀਤਾ ਕਿ ਪੰਛੀ ਜਿਹੜੇ ਨੇ ਜਿਹੜੇ ਰੱਬ ਦੀ ਯਾਦ ਜੁੜੇ ਹੋ ਕਿਉਂਕਿ ਇਹਦੇ 'ਚ ਇਹ ਨਹੀਂ ਹੈ ਵੀ ਪੰਛੀ ਜੁੜੇ ਨੇ ਕਿ ਨਹੀਂ ਜੁੜੇ ਲੇਕਿਨ ਇੱਕ ਜਿਹੜੀ ਜੁੜੀ ਹੋਈ ਰੂਹ ਹੈ ਉਹ ਜਦੋਂ ਕਿਸੇ ਨੂੰ ਨੇਮ ਨਾਲ ਕੰਮ ਕਰਦੇ ਆ ਦੇਖਦੀ ਐ ਉਹਨਾਂ ਦੀ ਗੁਟਕੂ ਗੁਟਕੂ ਖੁਸ਼ੀ ਥੱਲੇ ਉਤਰਦੇ ਨੇ ਕੰਕਰ ਉਹ ਚੁਣਦੇ ਨੇ ਫੇਰ ਉੱਡ ਜਾਂਦੇ ਨੇ ਕੋਈ ਇਸ ਕਿਸਮ ਦਾ ਉਹਨਾਂ ਦੀ ਕੁਰਬਾਨਗੀ ਐ ਤਾਂ ਉਹ ਉਹਨਾਂ ਨੂੰ ਉਸ ਰੱਬ ਦੀ ਯਾਦ ਦੇ ਵਿੱਚ ਰੱਬ ਦੇ ਹੁਕਮ ਦੇ ਵਿੱਚ ਹੀ ਜਿਹੜੇ ਪੰਛੀ ਭੋਂਦੇ ਨਜ਼ਰ ਆਉਂਦੇ ਨੇ ਜੀ ਸੋ ਉਸ ਨੂੰ ਬਾਬਾ ਫਰੀਦ ਫਿਰ ਆਪਣੇ ਅਧਿਆਤਮਕ ਸਨੇਹ ਦੇ ਵਿੱਚ ਲੈਂਦੇ ਨੇ ਕਿ ਫਰੀਦਾ ਹੋਂ ਬਲਿਹਾਰੀ ਤੇ ਨਾਂ ਪੰਖੀਆ ਕੱਕਰ ਚੁਗਣ ਜੰਗਲ ਜਿਹਾ ਵਾਸ ਜਿਹੜੇ ਜੰਗਲਾਂ ਚ ਰਹਿੰਦੇ ਨੇ ਉਹ ਪੈਕਟ ਦਾ ਰੂਟਸ ਉਹਨੂੰ ਚੁਣਦੇ ਨੇ ਜੋ ਵੀ ਉਹਨਾਂ ਨੂੰ ਮਿਲਦੇ ਪਰ ਕਦੇ ਵੀ ਉਹਨਾਂ ਨੇ ਰੱਬ ਦੀ ਆਸ ਨੂੰ ਨਹੀਂ ਛੱਡਿਆ ਕਿਉਂਕਿ ਉਹਨਾਂ ਦੇ ਲਈ ਜਿਹੜਾ ਉਹ ਹਮੇਸ਼ਾ ਹੀ ਰਿਜਕ ਰਹਿੰਦਾ ਔਰ ਇਹ ਗੱਲ ਉਹਦੇ ਵਾਲੀ ਹੈ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਤੇ ਜਦੋਂ ਫਕੀਰ ਨੂੰ ਡਿਫਾਈਨ ਕੀਤਾ ਮੈਨੂੰ ਹਮੇਸ਼ਾ ਹੀ ਜਦੋਂ ਮੈਂ ਫਕੀਰ ਕਹਿੰਦਾ ਤੇ ਮੈਨੂੰ ਇਹ ਸ਼ਬਦ ਉਹਨਾਂ ਦੇ ਚੰਗੇ ਲੱਗਦੇ ਨੇ ਕਿ ਪੱਲੇ ਕਦੀ ਨਾ ਬੰਦੇ ਪੰਛੀ ਤੇ ਦਰवेश ਜਿਨ੍ਹਾਂ ਤਕੀਆ ਰੱਬ ਤੇ ਤਿਨਾ ਰਿਜਕ ਹਮੇਸ਼ ਕਿ ਨਾ ਕਦੇ ਪੰਛੀ ਪੱਲੇ ਬੰਦਦੇ ਨੇ ਨਾ ਫਕੀਰ ਪੱਲੇ ਬੰਦ ਹੈ ਉਹ ਦਰवेश ਹੈ ਉਹਨਾਂ ਦਾ ਰੱਬ ਤੇ ਤਕੀਆ ਹੁੰਦਾ ਤੇ ਉਹਨਾਂ ਦੇ ਲਈ ਹਮੇਸ਼ਾ ਰਿਜਕ ਹੁੰਦਾ ਹੈ ਸੋ ਬਾਬਾ ਫਰੀਦ ਵੀ ਰੱਬ ਨਾ ਛੋੜਣ ਕਦੇ ਰੱਬ ਨੂੰ ਨਹੀਂ ਛੱਡਦੇ ਤੇ ਦੂਸਰਾ ਉਹਨਾਂ ਨੇ ਤਬਦੀਲੀ ਦੀ ਗੱਲ ਕੀਤੀ ਕਿ ਮੌਸਮ ਬਦਲਿਆ ਫਰੀਦਾ ਰੁੱਤ ਫੇਰੀ ਵਣ ਕੰਬਿਆ ਰੁੱਤ ਬਦਲੀ ਹੈ ਦਰਖਤ ਜਿਹੜੇ ਨੇ ਉਹ ਹਿਲ ਰਹੇ ਨੇ ਤੇ ਉਹਨਾਂ ਦੇ ਹਿਲਣ ਨਾਲ ਪੱਤ ਝੜੇ ਚੜ ਪਾਏ ਪੱਤੇ ਜਿਹੜੇ ਨੇ ਡਿਗੜ ਰਹੇ ਨੇ ਥੱਲੇ ਚਾਰੇ ਕੁੰਡਾਂ ਟੁੰਡੀਆਂ ਰਹਿਣ ਕਿਥਾ ਉਹ ਨਾਹੀਂ ਹੁਣ ਉਹ ਮੌਸਮ ਦੇ ਬਦਲਾਅ ਨਾਲ ਆਪਣੀ ਸੁਰਤ ਦਾ ਬਦਲਾ ਕਿ ਮੇਰੀ ਸੁਰਤ ਚ ਵੀ ਕੋਈ ਆ ਜਿਹੜਾ ਕਈ ਵਾਰ ਉਹ ਹਿਲਜੁਲ ਹੁੰਦੀ ਹੈ ਤੇ ਜਿਵੇਂ ਮੈਨੂੰ ਨਜ਼ਰ ਆਂਦਾ ਹੈ ਕਿ ਵੀ ਮੈਂ ਸਾਰਾ ਪਾਸਾ ਦੇਖ ਲਿਆ ਰੱਬ ਤੋਂ ਬਿਨਾਂ ਹੋਰ ਕਿਤੇ ਮੈਨੂੰ ਢੋਈ ਮਿਲ ਸਕਦੀ ਏ ਸੋ ਅਲਟੀਮੇਟਲੀ ਇਹ ਵੀ ਗੱਲ ਇਸ ਯਾਦ ਵਾਲੀ ਹੈ ਉਸ ਰੱਬ ਦੇ ਨਾਲ ਹੀ ਸਨੇਹ ਜਿਵੇਂ ਪੰਛੀ ਬੇਪਰਵਾਹ ਨੇ ਜਿਵੇਂ ਵਣ ਦੇ ਵਿੱਚ ਇੱਕ ਬੇਪਰਵਾਹੀ ਕੁਦਰਤ ਜਿਹੜੀ ਹੈ ਉਸ ਦੀ ਰੌਣ ਹੈ ਜੀ ਇਵੇਂ ਹੀ ਅਸੀਂ ਰੰਕਾਰ ਦੇ ਨਾਲ ਜੁੜੇ ਰਹੀਏ ਉਸ 'ਚ ਆਪਣਾ ਆਸਰਾ ਤਕੀਏ ਜੀ ਅੱਜ ਦਾ ਵਿਚਾਰ ਜੀ ਰਵਿਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੁਣ ਆਪਣੇ ਬੀਯੂਸਕਲ ਨੇ ਇਜਾਜ਼ਤ ਵੀਅਰਸ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਪੇਜ ਦੇ ਰਹਿਣਾ ਸਾਡੇ ਇਸ ਬਤ ਤੇ ਐਸਓਐਸ 84.ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਕਿ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ